ਜਦੋਂ ਜੈਤੋ ਦਾ ਮੋਰਚਾ ਲੱਗਿਆ ਸੀਗਾ ਗੁਰਦੁਆਰਾਂ ਦੀ ਆਜ਼ਾਦੀ ਦੀ, ਤੇ ਉਦੋਂ ਜੈਤੋ ਦੇ ਮੋਰਚੇ ਚ ਜਾਣ ਵਾਲਾ ਜਿਹੜਾ ਜੱਥਾ ਸੀ ਸਿੰਘਾਂ ਦਾ, ਉਹਨਾਂ ਨੇ ਬਾਦਲ ਕਿਆਂ ਦੀ ਹਵੇਲੀ ਤੋਂ ਪ੍ਰਸ਼ਾਦਾ ਮੰਗਿਆ, ਤੇ ਬਾਦਲ ਕੇ ਜਿਹੜੇ ਸੀਗੇ ਅੰਦਰ ਖਾਤੇ ਅੰਗਰੇਜ਼ਾਂ ਦੇ ਨਾਲ ਜੁੜੇ ਹੋਏ ਸੀ, ਕਿਸੇ ਨੂੰ ਇਸ ਗੱਲ ਬਾਰੇ ਇਲਮ ਨਹੀਂ, ਤੇ ਉਹਨਾਂ ਨੇ ਨਾ ਕਰ ਦਿੱਤੀ। ਤੇ ਇਹ ਜੱਥਾ ਬਾਦਲ ਕਿਆਂ ਤੋਂ ਅੱਗੋਂ ਲੰਘ ਕੇ ਪਿੰਡ ਮਾਨ ਚ ਪਹੁੰਚਿਆ, ਤੇ ਮਾਨ ਵਾਲੇ ਪਿੰਡ ਵਾਲਿਆਂ ਨੇ ਮੁਨਾਦੀ ਕਰਕੇ ਪਿੰਡ ਚ ਜਿੱਦਾਂ ਪਹਿਲਾਂ ਰੀਤੀ ਰਿਵਾਜ ਹੁੰਦੇ ਸੀਗੇ ਢੋਲ ਖੜਕਾਇਆ, ਸੰਗਤ ਇਕੱਠੀ ਕਰੀ ਤੇ ਲੰਗਰ ਬਣਾਤਾ। ਜਦੋਂ ਬਾਦਲ ਕਿਆਂ ਨੂੰ ਪਤਾ ਲੱਗਿਆ ਵੀ ਛੋਟੇ ਜਿਹੇ ਲੋਕ ਸ਼ੀਰੀ ਟਾਈਪ ਲੋਕ ਜਿਹੜੇ ਲੋਕ ਨੇ ਵੀ ਉਹਨਾਂ ਨੇ ਖਾਣਾ ਬਣਾਤਾ, ਤੇ ਮਾਨ ਤੋਂ ਅਗਲਾ ਪਿੰਡ ਹੈ ਅਬੁਲ ਖੁਰਾਣਾ ਜਿਹੜੇ ਕਿ ਬਾਦਲ ਦੇ ਬਾਪ ਦੇ ਨਾਨਕਿਆਂ ਦਾ ਪਿੰਡ ਹੈ, ਉਹਨਾਂ ਨੇ ਤੇ ਬਾਦਲ ਕਿਆਂ ਨੇ ਰਲ ਕੇ ਇਸ ਸਿੰਘਾਂ ਦੇ ਬਣੇ ਹੋਏ ਪ੍ਰਸ਼ਾਦੇ ਦੇ ਵਿੱਚ ਜ਼ਹਿਰ ਮਿਲਾ ਦਿੱਤੀ ਸੀ, ਤੇ ਉਸ ਜ਼ਹਿਰ ਮਿਲਾਉਣ ਦੀ ਖਾਤਰ ਕਈ ਸਿੰਘ ਜਿਹੜੇ ਮੌਕੇ ਦੇ ਉੱਤੇ ਸ਼ਹੀਦ ਵੀ ਹੋ ਗਏ ਸੀਗੇ। ਤੇ ਜਦੋਂ ਅਸੀਂ ਪਿੱਛੋਂ ਪਿਛਲੀਏ ਕੁਛ ਸਮੇਂ ਪਹਿਲਾਂ ਜਦੋਂ ਇਹ ਗੱਲ ਸਿੱਖ ਸੰਗਤ ਚ ਲਿਆਂਦੀ ਵੀ ਇਹ ਤਾਂ ਵੀ ਪੁਰਾਣੇ ਗਦਾਰ ਖਾਨਦਾਨ ਦੇ ਨਾਲ ਜੁੜੇ ਲੋਕ ਨੇ ਵੀ ਇਹ ਮਤਲਬ ਕਿ ਵੀ ਪੰਥਕ ਨਹੀਂ ਹੋ ਸਕਦੇ, ਤੇ ਉਦੋਂ ਸਾਨੂੰ ਇਹ ਰਿਕਾਰਡ ਮਿਲ ਨਹੀਂ ਸੀ। ਫਿਰ ਸਾਨੂੰ ਕਿਸੇ ਖਾਸ ਇਨਸਤ ਪਤਾ ਲੱਗਿਆ ਵੀ ਇਹ ਮਾਲ ਮਹਿਕਮਾ ਲਾਹੌਰ ਦੇ ਵਿੱਚ ਮਤਲਬ ਕਿ ਇਹ ਰਿਕਾਰਡ ਪਿਆ, ਉੱਥੋਂ ਫਿਰ ਅਸੀਂ ਇਹ ਮਾਲ ਮਹਿਕਮਾ ਫਿਰੋਜ਼ਪੁਰ ਚ ਮੰਗਵਾਇਆ, ਤੇ ਫਿਰੋਜ਼ਪੁਰ ਦੇ ਉੱਤੋਂ ਅਸੀਂ ਲਿਆਂਦਾ ਵੀ ਇਹ ਅੰਗਰੇਜ਼ਾਂ ਦੇ ਨਾਲ ਮਿਲ ਕੇ ਇਹ ਸਾਜਿਸ਼ ਘੜੀ ਗਈ, ਤੇ ਅੰਗਰੇਜ਼ਾਂ ਨੇ ਇਹਨਾਂ ਨੂੰ ਇਹ ਬਾਦਲ ਖਾਂ ਜਿਹੜਾ ਸੀ ਇੱਕ ਪਠਾਨ ਪਿੰਡ ਸੀਗਾ ਉਸ ਦੀ ਜ਼ਮੀਨ ਜਿੱਤੀ ਦਿੱਤੀ, ਤੇ ਇਹ ਉਹਦਾ ਕੁਰਸੀ ਨਾਮ ਹੈ ਜੀ। ਤੇ ਇਹ ਜਦੋਂ ਮੈਂ ਅਖਬਾਰ ਦੇ ਵਿੱਚ ਇਹ ਗੱਲ ਕੀਤੀ ਤੇ ਮੇਰੇ ਉੱਤੇ ਇਹਨਾਂ ਨੇ ਮਾਨਹਾਨੀ ਦਾ ਕੇਸ ਕੀਤਾ, ਤੇ ਫਿਰ ਜਦੋਂ ਮੈਂ ਅਦਾਲਤ ਦੇ ਵਿੱਚ ਇਹ ਕੋਸ਼ਿਸ਼ ਕਰਕੇ ਕੁਰਸੀਨਾਮਾ ਪੇਸ਼ ਕੀਤਾ, ਤੇ ਮੈਂ ਕਿਹਾ ਦੱਸੋ ਵੀ ਜਦੋਂ ਅੰਗਰੇਜ਼ ਪੰਜਾਬੀਆਂ ਨੂੰ ਸਿੱਖਾਂ ਨੂੰ ਖਾਸ ਕਰਕੇ ਕਾਲੇ ਪਾਣੀ ਦੀ ਸਜ਼ਾ ਦੇ ਰਹੀ ਹੈ, ਜੇਲ੍ਹਾਂ ਚ ਬੰਦ ਕਰ ਰਹੀ ਹੈ, ਜਾਇਦਾਦਾਂ ਕਰੋਕੋ ਰਹੀਆਂ ਸਿੱਖਾਂ ਦੀਆਂ ਪੰਜਾਬੀਆਂ ਦੀ, ਤੇ ਬਾਦਲ ਪਰਿਵਾਰ ਨੂੰ ਕੀ ਮਤਲਬ ਕਿ ਅੰਗਰੇਜ਼ਾਂ ਦੀ ਇੰਨੀ ਦੇਣ ਵੀ ਉਹ ਇਹਨਾਂ ਦੇ ਨਾਂ ਦੇ ਮੁਰੱਬੇ ਤੇ ਜ਼ਮੀਨਾਂ ਲਗਾ ਰਹੇ, ਤੇ ਉਦੋਂ ਫਿਰ ਅਸੀਂ ਅਦਾਲਤ ਚ ਇਹ ਪੇਸ਼ ਕਰਕੇ ਤੇ ਅਸੀਂ ਇਹਨਾਂ ਦੇ ਕੇਸ ਮਾਨਹਾਨੀ ਦੇ ਕੇਸ ਤੋਂ ਜਾਨ ਚੜਾਈ ਸੀ।